खेत चलिए, चाय नहीं बनाई हजे, पता नहीं बनाई हो पता नहीं ना। हरप्रीत चाय बना दे, घुट मैं खेत जाना है मोटर ते। ना हुण तेरे चाह वेले याद आ गई हरप्रीत, जो डांग लेके पिछे पिया सी उदों ऐ दस, कल किहदे पिछे लग के पिया सी मेरे मगर डांग लेके। तेरे मैं अगर पैसे मैं तेरे मारिया था नहीं गा, मैं कि खानिया ने भी कल पंजा नहीं तेरे। ना फिर तू डांग का तो चक्की सी, मैनू ऐ दस पहला कल मेरे बनी किहदे पिछे लग्या सी, किहने तैनू कुछ कहा हैगा? ਉਹ ਡਾਂਗ ਚੱਕੀ ਗਈ ਚਕਾਈ ਗਈ, ਕੋਈ ਗੱਲ ਨਹੀਂ, ਤੂੰ ਨਾ ਗੱਲਾਂ ਨੂੰ ਛੱਡ ਪਰੇ, ਤੂੰ ਚਾਹ ਬਣਾ ਘੁੱਟ। ਨਾ ਨਾ ਮੈਂ ਨਹੀਂ ਉਹਨਾਂ ਚਿਰ ਚਾਹ ਕਰਦੀ, ਮੈਨੂੰ ਤਾਂ ਗੱਲ ਦਾ ਜਵਾਬ ਚਾਹੀਦਾ ਵੀ ਮੇਰੇ ਮਾਂਗਰ ਕਾਤੋਂ ਪਿਆ ਸੀ, ਗੱਲ ਕੀ ਹੈ? ਅੱਛਾ ਨਹੀਂ ਤਾਂ ਮਤਲਬ ਮੈਨੂੰ ਸਿੱਧੀ ਸਿੱਧੀ ਮੈਂ ਆਪ ਦੱਸ ਦੇ, ਨਹੀਂ ਮੈਂ ਉਹਦੇ ਪੇਕਿਆਂ ਨੂੰ ਸੱਦੂਗੀ। ਤੂੰ ਪੇਕਿਆਂ ਨੂੰ ਕਾਹਨੂੰ ਸੱਦੇਂਗਾ, ਮੈਂ ਤੈਨੂੰ ਸਾਰੀ ਗੱਲ ਦੱਸ ਹੀ ਦਿੰਦਾ ਫਿਰ। ਦੱਸ ਦੇ ਫਿਰ, ਮੈਨੂੰ ਗੁੱਸਾ ਕਿਵੇਂ ਆਇਆ ਸੀਗਾ? ਮੈਨੂੰ ਗੁੱਸਾ ਦੱਸ। ਐਵੇਂ ਨਹੀਂ ਆਇਆ, ਠੰਡਾ ਦੁੱਧ ਲੱਸੀ ਦਹੀਂ ਫਰਿੱਜ ਚੋਂ ਕੱਢ ਕੱਢ ਕੇ ਤੂੰ ਹੀ ਦਿੰਦੀ ਆ ਮੇਰੀ ਮਾਂ ਨੂੰ, ਹਜੇ ਮੈਨੂੰ ਗੁੱਸਾ ਆਵੇ ਨਾ। ਉਹ ਫਿਰ ਮਾਂ ਦਾ ਜੀ ਕਰਦਾ ਸੀ ਤਾਂ ਦਿੰਨੀ ਆ। ਉਹ ਮਾਂ ਦਾ ਤਾਂ ਜੀ ਕਰਦਾ ਸੀ, ਤੂੰ ਮੇਰੇ ਬੰਨੀ ਦਾ ਸੋਚ। ਮੈਂ ਕਾਲੇ ਬਲਦ ਨੂੰ ਕਮਾਉਂਦਾ ਫਿਰਦਾ ਖੇਤਾਂ 'ਚ, ਫਿਰ ਮੈਂ ਦਵਾਈਆਂ ਲਿਆ ਕੇ ਦੇਣਾ ਮਹਿੰਗੇ ਭਾਅ ਦੀਆਂ, ਉੱਤੋਂ ਤੂੰ ਮੇਰੀ ਮਾਂ ਨੂੰ ਠੀਕ ਨਹੀਂ ਹੋਣ ਦਿੰਦੀ। ਤੇਰੀ ਗੱਲ ਚੰਗੀ ਹੈ ਤੇਰੇ ਵਾਸਤੇ, ਨਾ ਮੈਨੂੰ ਕੋਈ ਮਾਂ ਦਾ ਉਹੀ ਗੱਲ ਲਾਲਚ ਹੈ ਕਿਸੇ ਚੀਜ਼ ਦਾ? ਮੈਂ ਤਾਂ ਬੈਠੀ ਨੂੰ ਖਾਣ ਪੀਣ ਨੂੰ ਦਿੰਨੀ ਆ, ਦੁਨੀਆਂ ਤਾਂ ਕਹਿੰਦੀ ਮੇਰੀ ਮਾਂ ਦੀ ਸੇਵਾ ਨਹੀਂ ਕਰਦੇ। ਜੇ ਮੈਂ ਸੇਵਾ ਕਰਦੀ ਆ ਉੱਤੋਂ ਤੂੰ ਐ ਕਹਿਣਾ ਵੀ ਮੇਰੀ ਮਾਂ ਨੂੰ ਦਿੰਨੀ ਕਿਉਂ ਐ? ਉਹ ਲਾਲਚ ਤਾਂ ਤੈਨੂੰ ਹੈਗਾ ਸਾਰੀਆਂ ਗੱਲਾਂ ਦਾ, ਕਾਹਦਾ ਐ ਲਾਲਚ? ਹੁਣ ਮੈਂ ਤੈਨੂੰ ਕੀ ਦੱਸਾਂ, ਤੈਨੂੰ ਤਾਂ ਸਿਰਫ ਸਿਉਣੇ ਦਾ ਲਾਲਚ ਐ। ਮੇਰੀ ਮਾਂ ਦੀ ਕੋਈ ਕੀਮਤ ਨਹੀਂ ਤੈਨੂੰ, ਵੀ ਬਸ ਮੈਨੂੰ ਚੂੜੀ ਪੈ ਜੇ ਤੇ ਇਹਨੂੰ ਕੜਾ ਪੈ ਜੇ, ਆਪਣੇ ਘਰੇ ਸਿਉਣਾ ਆ ਜਾਊਗਾ। ਆਹ ਗੱਲਾਂ ਤੈਨੂੰ ਲਾਲਚ ਐ, ਮੈਨੂੰ ਸਾਰੀਆਂ ਗੱਲਾਂ ਤੇਰੀਆਂ ਦਾ ਪਤਾ ਐ। ਉਹ ਤੈਨੂੰ ਕੌਣ ਕਹਿੰਦਾ ਵੀ ਮੈਨੂੰ ਸਿਉਣੇ ਦਾ ਲਾਲਚ ਐ? ਮੈਂ ਸਿਉਣੇ ਦੀ ਮਾਰੀ ਬੇਬੇ ਨੂੰ ਮਾਰਨਾ ਚਾਹੁੰਦੀ ਆ। ਮੈਨੂੰ ਤਾਂ ਕੋਈ ਮਰਜ਼ੀ ਕਹਿੰਦਾ ਹੋਵੇ, ਹੁਣ ਮੈਂ ਤੈਨੂੰ ਨਾ ਦੱਸ ਦਿਆਂ। ਲੈ ਫਿਰ ਕਿਸੇ ਨੇ ਤਾਂ ਤੇਰੇ ਕੋਲ ਕਹੀ ਐ, ਤੈਨੂੰ ਐਵੇਂ ਕੀ ਪਤਾ ਲੱਗ ਗਿਆ ਮੈਂ ਕਹਿਨੀ ਐ? ਨਹੀਂ ਮੈਂ ਤਾਂ ਕਹੀ ਨਹੀਂ, ਮੈਂ ਕਦੋਂ ਕਿਹਾ? ਹੁਣ ਤਾਂ ਤੂੰ ਕਹਿੰਦੀ ਸੀ ਕਿ ਮੈਂ ਕਿਹਾ, ਤੈਨੂੰ ਕਿਵੇਂ ਪਤਾ ਲੱਗ ਗਿਆ? ਹੁਣ ਤੂੰ ਮੁੱਕਰੀ ਜਾਨੀ ਐ। ਲੈ ਫਿਰ ਮੈਂ ਤਾਂ ਉਹ ਤਾਂ ਗੱਲ ਤਾਂ ਉਹ ਕਰਨ ਚ ਆ ਜਾਂਦੀ ਐ, ਫਿਰ ਜੇ ਕੱਲ ਨੂੰ ਬੇਬੇ ਨੂੰ ਕੁਝ ਹੁੰਦਾ ਐ ਉਹ ਤਾਂ ਫਿਰ ਮੇਰੇ ਪੇਕਿਆਂ ਦਾ ਹੱਕ ਤਾਂ ਬਣਦਾ ਹੀ ਐ, ਉਹ ਤਾਂ ਆਪ ਆਉਣਗੀ। ਹਾਂ ਤੇਰੀ ਵਧੀਆ ਗੱਲ ਐ, ਤੂੰ ਐਂ ਕਰ ਮੇਰੀ ਮਾਂ ਨੂੰ ਜ਼ਹਿਰ ਦੇ ਦੇ, ਉਹ ਮਰ ਜੂਗੀ, ਫਿਰ ਤੈਨੂੰ ਸਿਉਣਾ ਪੈ ਜਾਊਗਾ, ਤੇਰੇ ਪੇਕੇ ਸਿਉਣਾ ਪਾ ਜਾਣਗੇ ਤੈਨੂੰ। ਲੈ ਮੈਂ ਭਲਾ ਕਦੋਂ ਬੇਬੇ ਨੂੰ ਕੋਈ ਜ਼ਹਿਰ ਦੇ ਕੇ ਮਾਰਨਾ ਚਾਹੁੰਦੀ ਆ? ਮੈਂ ਤਾਂ ਜੇ ਖਾਂਦੀ ਪੀਂਦੀ ਬੇਬੇ ਨੂੰ ਕੁਝ ਹੁੰਦਾ ਫਿਰ ਮੇਰੇ ਦੱਸ ਕੀ ਸਾਰੇ ਐ? ਲੋਕ ਤਾਂ ਇਹ ਕਹਿੰਦੇ ਹੁੰਦੇ ਆ ਵੀ ਮਾਂ ਨੂੰ ਕੁਝ ਮਿਲਦਾ ਨਹੀਂ, ਬੁੜੀ ਨੂੰ ਖਾਣ ਨੂੰ ਨਹੀਂ ਦਿੰਦੇ, ਨੂੰਹਾਂ ਨਾ ਜਿੰਦੇ ਲਾਲਾ ਰੱਖਦੀਆਂ ਤੇ ਮੈਂ ਉਹਨੂੰ ਤੇ ਇੱਥੋਂ ਚੋਰ ਨੂੰ ਖਵਾਉਣੀ ਆ। ਉਹ ਜਿੰਦੇ ਤਾਂ ਲਾਲਾ ਰੱਖਦੀਆਂ ਨੇ, ਉਹ ਵੀ ਮੈਨੂੰ ਪਤਾ ਕਿਹੜੀਆਂ ਨੇ, ਜਦੋਂ ਉਹਦਾ ਬੰਦ ਕੀਤਾ ਹੋਇਆ ਜਿਹੜਾ ਕੁਛ, ਉਹ ਤਾਂ ਤੂੰ ਨਾ ਦੇ ਹੋਰ ਦੇ ਦੇ ਕੁਛ। ਉਹ ਚੱਲ ਫਿਰ ਨਾ ਦੇਊਂਗੀ, ਹੋ ਗਈ ਗਲਤੀ ਮੇਰੇ ਤੋਂ, ਗਲਤੀ ਬੰਦਿਆਂ ਤੋਂ ਹੁੰਦੀ ਹੈ। ਗੱਲ ਕਰ ਮੈਨੂੰ ਨਾ ਦੱਸ ਦੇ, ਤੈਨੂੰ ਕਿਹੜੇ ਬੰਦੇ ਨੇ ਦੱਸਿਆ ਵੀ ਹਰਪ੍ਰੀਤ ਸਿਉਣਾ ਚਾਹੁੰਦੀ ਹੈ? ਲੈ ਲੈ ਲੈ, ਇੰਨਾ ਮੈਂ ਕੰਨਾਂ ਦਾ ਕੱਚਾ ਨਹੀਂ ਹੈਗਾ, ਮੈਂ ਤੈਨੂੰ ਨਾ ਦੱਸ ਦਿਆਂ, ਨਾ ਨੂੰ ਮੈਂ ਤੈਨੂੰ ਕੋਈ ਰੱਖਦਾ ਨਹੀਂ, ਮੈਨੂੰ ਤਾਂ ਜਿੱਥੋਂ ਪਤਾ ਲੱਗ ਗਿਆ ਉੱਥੋਂ ਪਤਾ ਲੱਗ ਹੀ ਗਿਆ। ਤੂੰ ਐਂ ਦੱਸ ਮੈਨੂੰ, ਚਾਹ ਦੀ ਘੁੱਟ ਮੇਰੇ ਵਾਸਤੇ ਬਣਾਏ ਕਿ ਬਣਾਉਂਦੀ ਨਹੀਂ? ਚੱਲ ਚਾਹ ਦੀ ਘੁੱਟ ਤਾਂ ਮੈਂ ਬਣਾ ਦੂੰ, ਤੂੰ 2 ਮਿੰਟ ਬਹਿ ਜਾ ਇੱਥੇ, ਮੈਂ ਚਾਹ ਕਰਕੇ ਲਿਆਉਣੀ ਆ ਤੇ ਤੂੰ ਚਾਹ ਪੀ ਕੇ ਬਗਦੀ ਨੇ ਬੇਬੇ ਪੀ ਲੂਗੀ। ਚਾਹ ਤਾਂ ਦੇ ਦੇ ਬੇਬੇ ਨੂੰ, ਕਿਉਂ ਵੀ ਨਾ ਦੇਵਾਂ? ਉਹ ਚਾਹ ਤਾਂ ਦੇਣੀ ਐ, ਤੈਨੂੰ ਸਾਰੀਆਂ ਗੱਲਾਂ ਦਾ ਪਤਾ ਐ ਬੇਬੇ ਨੂੰ, ਕਿਹੜੀਆਂ ਬੰਦ ਨੇ ਕਿਹੜੀਆਂ ਉਹਨੇ ਖਾਣੀਆਂ ਨੇ, ਤੂੰ ਤਾਂ ਮੇਰੇ ਜਾਣ ਕੇ ਅੰਤਰੇ ਲੈਂਦੀ ਰਹਿਨੀ ਐ। ਅੰਤਰੇ ਕੋਈ ਨਹੀਂ ਲੈਂਦੀ, ਹਾਂ ਜਾ ਤੂੰ ਜਾ ਬੇਬੇ ਕੋਲ, ਚਾਹ ਬਣਾ ਦੇ ਘੁੱਟ। ਕੋਈ ਨਹੀਂ, ਹਾਂ ਸਾਰਾ ਦਿਨ ਲੜਾਈ ਦਾ ਗੱਡਾ ਹੀ, ਕਹਿੰਦੀ ਹੁਣ ਮੈਨੂੰ ਦੱਸ ਦੇ ਤੈਨੂੰ ਕਿਹਨੇ ਦੱਸਿਆ। ਅੱਛਾ ਮੈਂ ਤੇਰੀ ਹੁਣ ਲੜਾਈ ਕਰਾ ਦਿਆਂ, ਆਪਦੇ ਵੀ ਸਮਝ ਕਰ ਲਿਆ ਕਰ ਕੁਛ। ਪਤਾ ਤਾਂ ਮੈਨੂੰ ਸਾਰਾ ਵੀ ਤੈਨੂੰ ਕਿਹਨੇ ਦੱਸਿਆ, ਤੈਨੂੰ ਦੱਸਣ ਵਾਲੀ ਦਾ ਵੀ ਪਤਾ ਮੈਨੂੰ, ਨਾ ਵੀ ਪਤਾ ਬੁੜੀ ਦਾ, ਮੈਂ ਹੁਣ ਤੈਨੂੰ ਮੂੰਹ ਤੇ ਤੇਰੇ ਦੱਸ ਨਹੀਂ ਸਕਦੀ। ਤੈਨੂੰ ਸਾਰਾ ਕੁਛ ਚਾਚੀ ਨੇ ਦੱਸਿਆ, ਇਹ ਕੰਮ ਚਾਚੀ ਨੇ ਕਰਿਆ, ਚਾਚੀ ਕੋਲੇ ਤਾਂ ਮੈਂ ਜਾ ਕੇ ਆਉਂ। ਚਾਚੀ ਪਹਿਲਾਂ ਤਾਂ ਉਹਨੂੰ ਦੱਸਤਾ ਵੀ ਉਹਨੂੰ ਦਹੀਂ ਦਿੰਦੀ ਹੈ, ਹੁਣ ਦੱਸਦਾ ਚਾਚੀ ਨੇ ਹਰਪ੍ਰੀਤ ਸਿਉਣਾ ਭਾਲ ਦੀ, ਕੋਈ ਚਾਚੀ ਨੇ ਤਾਂ ਅੱਜ ਮਹੀਂ ਕਰਕੇ ਆਉਂ। ਵੇ ਭਾਈ ਉਰੇ ਆ ਜਾ, ਕੀ ਇੱਥੇ ਰੌਲਾ ਜਾ ਪਾਈ ਜਾਂਦਾ, ਲੜੀ ਜਾਂਦਾ ਹਰਪ੍ਰੀਤ ਨਾਲ। ਬੇਬੇ ਹਾਂ, ਲੜਾਈਆਂ ਤਾਂ ਸਾਰੀਆਂ ਤੂੰ ਹੀ ਕਰਾਉਣੀ ਆ, ਹੋਰ ਕੌਣ ਕਰਾਉਂਦਾ ਆਪਣੇ ਘਰੇ? ਮੈਂ ਕੀ ਕਰਾਉਣੀ ਆ ਭਾਈ ਲੜਾਈ, ਦੱਸ ਹੋਰ ਕੌਣ ਕਰਾਉਂਦਾਗਾ? ਠੰਡੀਆਂ ਤੱਤੀਆਂ ਚੀਜ਼ਾਂ ਤੋਂ ਕੋਈ ਪਰਹੇਜ਼ ਨਹੀਂ ਕਰਦੀ ਤੂੰ, ਮੈਂ ਉਹਦੇ ਨਾਲ ਲੜੀ ਜਾਂਦਾ ਸਾਰਾ ਦਿਨ। ਤੂੰ ਤਾਂ ਭਾਈ ਉਹੀ ਲੜੀ ਜਾਂਦਾ, ਉਹਦੇ ਨਾਂ ਤਾਂ ਪਤਾ ਨਹੀਂ ਕੀ, ਉਹਦੇ ਨਾਲ ਤੂੰ ਤਾਂ ਸਿੰਗ ਮਿੱਟੀ ਚੱਕੀ ਰੱਖਦਾ ਵਿਚਾਰੀ ਨਾਲ, ਸਿੰਗ ਮਿੱਟੀ ਨਹੀਂ ਮੈਂ, ਸਿੰਗ ਮਿੱਟੀ ਨਹੀਂ ਮੈਂ ਚੱਕੀ ਰੱਖਦਾ। ਮੈਨੂੰ ਮੇਰੀ ਚਾਚੀ ਨੇ ਸਾਰੀਆਂ ਗੱਲਾਂ ਕੱਲ ਦੱਸਤੀਆਂ, ਕਹਿੰਦੀ ਹਰਪ੍ਰੀਤ ਦਿੰਦੀ ਐ ਦੁੱਧ ਦਹੀਂ ਠੰਡੀਆਂ ਚੀਜ਼ਾਂ ਫਰਿੱਜ ਚੋਂ ਕੱਢ ਕੱਢ ਕੇ ਸਾਰਾ ਕੁਛ ਉਹੀ ਦਿੰਦੀ ਐ, ਸਾਰੀ ਗੱਲ ਮੈਨੂੰ ਦੱਸਦੀ, ਹਜੇ ਮੈਂ ਲੜਾਂ ਨਾ ਉਹਦੇ ਨਾਲ। ਮੈਂ ਭਾਈ ਕੀ ਪਤਾ ਤੇਰੀ ਚਾਚੀ ਵੀ ਤੇਰੇ ਕੋਲੇ ਉਹੀ ਬਣਾਉਂਦੀ ਹੋਵੇ, ਤੂੰ ਵੀ ਤੇਰੀ ਚਾਚੀ ਦੀ ਸੁਣ ਕੇ ਖੜ ਜਾਣਾਗਾ। ਅੱਛਾ ਮੇਰੀ ਚਾਚੀ ਉਹ ਕਹਿੰਦੀ ਐ? ਹੋਰ ਫਿਰ ਭਾਈ ਉਹੀ ਕਹਿੰਦੀ ਹੋਊਗੀ, ਉਹ ਦੱਸ ਗਏ ਉਹਨੇ, ਦੱਸ ਮੈਥੋਂ ਮਾਰ ਕੇ ਵਿਚਾਰੀ ਨੇ ਲੈਣਾ ਕੀ ਆ, ਕੋਈ ਮੇਰੀ ਦੁਸ਼ਮਣੀ ਆ ਵੀ ਉਹ ਮਾਰੂਗੀ ਮੈਨੂੰ? ਕੋਈ ਵੱਡੇ ਬੰਦੇ ਨੂੰ ਆਪਦੇ ਘਰ ਦੇ ਬੰਦੇ ਨੂੰ ਕੋਈ ਮਾਰਦਾ ਹੁੰਦਾ? ਫਿਰ ਮੇਰੀ ਗੱਲ ਸੁਣ ਲੈ ਬੇਬੇ, ਮੇਰੀ ਚਾਚੀ ਵੀ ਝੂਠ ਨਹੀਂ ਬੋਲਦੀ, ਉਹ ਤੇ ਮੈਨੂੰ ਪੱਕਾ ਯਕੀਨ ਹੈਗਾ, ਐਵੇਂ ਉਹਨੂੰ ਕਹਿਣ ਦੀ ਕੀ ਲੋੜ ਪੈਂਦੀ ਸੀ?
तेनू यकीन हो भाई, मैनु तेरी चाची ते कोई यकीन नहीं आंदा। उन तां ऐ वी सस नूं हां ए पता नहीं क्यों आ रल के बैठदियां ने, क्यों रोटी खांदियां ने रल के, वी आपसां ने लड़दियां पिटदियां नहीं इह। अच्छा आ गल है, ओह तां ना मैनू ऐ वी दसदी सी, कहिंदी इक दिन मैथों वी ठंडी जां फ्रिज वाली दही लैके गई है। ਉਹ ਫਿਰ ਮੈਨੂੰ ਥੋੜੇ ਦਿੱਤੀ ਆ ਭਾਈ, ਉਹਨੇ ਆਪਣੇ ਖਾ ਲਈ ਹੋਊਗੀ, ਕੋਈ ਜਵਾਕਾਂ ਨੇ ਖਾ ਲਈ ਹੋਊਗੀ, ਉਹ ਕੋਈ ਮੇਰੀ ਖਾਤਰ ਥੋੜੇ ਮੰਗ ਕੇ ਲਿਆਈ ਸੀ ਉਹ ਤਾਂ। ਬੇਬੇ ਤੂੰ ਵੀ ਨਾ, ਨਾ ਤਾਂ ਮੇਰੀ ਚਾਚੀ ਦੇ ਗੱਲ ਦਾ ਯਕੀਨ ਮੰਨਦੀ ਆ ਨਾ ਮੇਰੀ ਦਾ, ਉਹ ਤੈਨੂੰ ਠੰਡੀਆਂ ਚੀਜ਼ਾਂ ਦਿੰਦੀ ਆ ਖਾਣ ਨੂੰ, ਤੈਨੂੰ ਤਾਂ ਐ ਹੋਇਆ ਪਿਆ ਵੀ ਮੈਨੂੰ ਤਾਂ ਇਹੀ ਚੰਗੀ ਆ ਮੇਰੀ ਨੂੰ, ਪਰ ਮੈਨੂੰ ਉਹਦੀ ਨਾ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਤੈਨੂੰ ਪਤਾ ਮੇਰੀ ਚਾਚੀ ਨੇ ਕੀ ਕੀ ਦੱਸਿਆ? ਉਹ ਤਾਂ ਐਂ ਕਹਿੰਦੀ ਐ ਵੀ ਜੇ ਮਰ ਜੇ ਸਾਡੀ ਬੁੜੀ ਸਾਨੂੰ ਸਿਉਣਾ ਪੈ ਜੇ, ਮੈਨੂੰ ਤਾਂ ਚੂੜੀ ਪੈ ਜੇ ਸਿਉਣੇ ਦੀ, ਉਹਨੂੰ ਪੈ ਜੇ ਕੜਾ। ਉਹ ਤਾਂ ਇੰਨੀਆਂ ਇੰਨੀਆਂ ਗੱਲਾਂ ਸੋਚਦੀ ਆ, ਹੁਣ ਤੂੰ ਦੇਖ ਲੈ ਭਾਈ ਕਾਹਨੂੰ ਸੋਚਦੀ ਆ, ਭਲਾ ਸਿਉਣਾ ਤੇ ਉਹ ਕੜਾ ਤੇ ਭਲਾ ਚੂੜੀ ਆਈ ਪੈ ਜੂਗੀ, ਆਪਦੇ ਪੇਕਿਆਂ ਦਾ ਉਹ ਖਰਚ ਕਰਾ ਕੇ ਰਾਜੀ ਆ ਭਲਾ ਦੀ। ਲੈ ਹੁਣ ਤਾਂ ਵਿਆਹ ਕਰਕੇ ਹਟੇ ਨੇ ਉਹ ਪੇਕਿਆਂ ਪੁਕਿਆਂ ਦਾ, ਉਹਨੂੰ ਕੋਈ ਨੀ, ਉਹਨੂੰ ਤਾਂ ਸਿਉਣੇ ਦਾ ਨਾ, ਉਹਨੂੰ ਪੇਕੇ ਦਾ ਨਾ, ਤੇਰੀ ਜਾਣਦਾ ਉਹਨੂੰ। ਨਹੀਂ ਭਾਈ ਜਾਣ ਨੂੰ ਨਾ, ਤੂੰ ਪੁੱਠੀਆਂ ਨਾ ਚਚਾਇਆ ਕਰ, ਆਪਦੀ ਚਾਚੀ ਦੇ ਮੰਗ ਲਾ ਕੇ ਤੂੰ ਵੀ ਆਪਦੇ ਦਿਮਾਗ ਚ ਉਹੀ ਉਹ ਕਰ ਬਹਾ ਲੈਣਾ ਗੱਲਾਂ। ਲੈ ਕਰ ਲੈ ਤੇਰੀ ਮਦਦ, ਮੈਂ ਤਾਂ ਤੇਰੇ ਪਿੱਛੇ ਤਾਂ ਲੜੀ ਜਾਂਦਾ ਗਾ, ਹਜੇ ਤੂੰ ਗੱਲ ਮੰਨਣ ਨੂੰ ਤਿਆਰ ਹੀ ਨਹੀਂ। ਉਹ ਮੇਰੀ ਚਾਚੀ ਨੇ ਕੀ ਲੈਣਾ ਸੀ ਮੈਨੂੰ ਕਹਿ ਕੇ? ਨਾ ਭਾਈ ਮੈਨੂੰ ਤਾਂ ਤੁਹਾਡਾ ਨਾ ਤੇਰੀ ਚਾਚੀ ਦਾ ਯਕੀਨ ਆਉਂਦਾ, ਨਾ ਭਾਈ ਮੈਨੂੰ ਤਾਂ ਤੇਰਾ ਯਕੀਨ ਆਉਂਦਾ। ਵਧੀਆ ਤਾਂ ਮੈਨੂੰ ਉਹ ਸਾਂਭਦੀ ਆ, ਵਧੀਆ ਮੈਨੂੰ ਲੀੜਾ ਕੱਪੜਾ ਧੋ ਕੇ ਦਿੰਦੀ ਆ, ਰੋਟੀ ਟੁੱਕ ਫੜਾਉਂਦੀ ਆ, ਮੈਂ ਉਹਨੂੰ ਮਾੜਾ ਕਿਵੇਂ ਕਹਿ ਜਾ? ਠੰਡੀਆਂ ਚੀਜ਼ਾਂ ਦਿੰਦੀ ਆ ਚੱਕ ਫਿਰ ਭਾਈ, ਮੈਂ ਆਪ ਮੰਗਦੀ ਆ, ਮੈਨੂੰ ਫੇਰ ਮਾੜਾ ਮੋਟਾ ਦਿੰਦੀ ਆ ਵਿਚਾਰੀ, ਆਪ ਮੈਨੂੰ ਉਹ ਕੋਈ ਫੜਾਉਂਦੀ ਨਹੀਂ। ਫੇਰ ਉਹੀ ਗੱਲਾਂ ਤੂੰ ਕਰੀ ਜਾਨੀ ਐ, ਜੋ ਤੂੰ ਮੰਗਦੀ ਐ ਜੇ ਉਹ ਸਿਆਣੀ ਹੋਵੇ, ਤੇਰੀ ਰਾਖੀ ਕਰਦੀ ਹੋਵੇ, ਜਾਣਦੀ ਉਹ, ਫੇਰ ਤੈਨੂੰ ਠੰਡੀਆਂ ਚੀਜ਼ਾਂ ਕਿਉਂ ਦੇਵੇ? ਤੈਨੂੰ ਮਾਰਨਾ ਚਾਹੁੰਦੀ ਐ ਉਹ। ਜੇ ਭਾਈ ਹੁਣ ਫਿਰ ਮੈਂ ਮੰਗਦੀ ਆ, ਮੈਂ ਜੇ ਨਾ ਫਿਰ ਮੈਨੂੰ ਦੇਵੇ, ਅੱਛਾ ਕੋਈ ਆਪਣਾ ਆ ਜੇ ਜਾਂ ਤੇਰੀ ਚਾਚੀ ਆ ਜੇ, ਫਿਰ ਮੈਂ ਉਹਨੂੰ ਆਖਾਂ ਵੀ ਲੈ ਮੈਨੂੰ ਇਹ ਚੀਜ਼ ਨਹੀਂ ਦਿੰਦੀ, ਤੇ ਫਿਰ ਮੈਂ ਉਹਨੂੰ ਮਾੜਾ ਆਖੂੰਗੀ। ਉਹ ਠੀਕ ਐ, ਵਧੀਆ ਗੱਲ ਐ ਤੇਰੀ ਵੀ, ਠੰਡੀਆਂ ਚੀਜ਼ਾਂ ਚੱਕ ਕੇ ਤੂੰ ਵੀ ਖਾ ਲਿਆ ਕਰ, ਉਹ ਤਾਂ ਤੈਨੂੰ ਦੇਈ ਜਾਂਦੀ ਐ, ਉਹ ਸਮਝ ਜਾ ਤੂੰ, ਗੱਲ ਸਮਝ ਜਾ, ਤੈਨੂੰ ਮਾਰਨ ਨੂੰ ਫਿਰਦੀ ਐ ਉਹ। ਤੇ ਭਾਈ ਕਾਹਨੂੰ ਮਾਰਨ ਨੂੰ ਫਿਰਦੀ ਐ, ਐਵੇਂ ਨਾ ਤੂੰ ਉਹਤੇ ਵਹਿਮ ਕਰਿਆ ਕਰ ਹਰਪ੍ਰੀਤ ਤੇ, ਤੂੰ ਵੀ ਉਹਦੇ ਪੁੱਠੀ 'ਚ ਚਾਲ ਲੈਣਾ ਗਾ, ਮਗਰ ਪੈ ਜਾਂਦਾ ਚੱਕ ਚੱਕ ਸੋਟੀਆਂ। ਬੇਬੇ ਮੇਰੀ ਗੱਲ ਸੁਣ ਲੈ, ਮੈਨੂੰ ਤਾਂ ਐ ਸੀ ਵੀ ਉਹਨੂੰ ਮੈਂ ਸਮਝਾਉਂਗਾ, ਤੂੰ ਸਮਝ ਜਾਏਗੀ। ਮੈਂ ਤਾਂ ਘੁੱਟ ਚਾਹ ਪੀਣੀ ਸੀਗੀ, ਚਾਹ ਬਣਾਉਣ ਗਈ ਸੀ, ਮੈਂ ਤਾਂ ਚਾਹ ਹੀ ਨਹੀਂ ਪੀਂਦਾ ਜੇ ਤੁਸੀਂ ਮੇਰੀ ਗੱਲ ਹੀ ਨਹੀਂ ਮੰਨਦੀਆਂ। ਮੁੰਡਾ ਵੀ ਲੈ ਚਾਚੀ ਦੇ ਮੰਗ ਲੱਗ ਗਿਆ, ਚਾਚੀ ਦੇ ਮੰਗ ਲੱਗ ਕੇ ਕਹਿੰਦਾ ਤੈਨੂੰ ਠੰਡੀਆਂ ਚੀਜ਼ਾਂ ਦਿੰਦੀ ਆ, ਨਾ ਤਾਂ ਮੇਰੇ ਨਾਲ ਲੜਾਈਆਂ ਕਰਦਾ, ਨਾਲੇ ਵਿਚਾਰੀ ਮੰਗ ਉਹਦੇ ਮੰਗ ਡਾਂਗਾ ਚੱਕ ਚੱਕ ਪੈਂਦਾ, ਸਾਰਾ ਦਿਨ ਉਹ ਕੰਮ ਕਰਦੀ ਆ, ਮੈਥੋਂ ਭਾਰਾ ਉਹ ਕੰਮ ਦਾ ਨਹੀਂ ਕਰਾਉਂਦੀ, ਹਜੇ ਕਹਿੰਦਾ ਤੈਨੂੰ ਇਹ ਮਾਰਨ ਨੂੰ ਫਿਰਦੀ ਆ। ਤਾਂ ਦੱਸਾਂ ਭਾਰਾ ਆਵੇ ਕੋਈ ਘਰ ਦੇ ਬੰਦੇ ਨੂੰ, ਸਿਆਣੇ ਬੰਦੇ ਨੂੰ ਕੋਈ ਮਾਰਦਾ ਹੁੰਦਾ, ਮੈਂ ਤਾਂ ਉਹਨੂੰ ਸੌਖਾ ਸੁੱਖ ਦੇਊਂਗੀ, ਕੰਮ ਕਰੂੰਗੀ, ਉਹ ਮੈਨੂੰ ਕਿਉਂ ਮਾਰਦੀ ਆ? ਤਾਂ ਇਹ ਤਾਂ ਕੁਛ ਪੁੱਠਾ ਹੀ ਦਿਮਾਗ ਹੋਇਆ ਪਿਆ, ਚਾਚੀ ਦੀ ਮੰਗ ਲੱਗਾ ਪਿਆ, ਚਾਚੀ ਪੁੱਠੀਆਂ ਜਚਾ ਦਿੰਦੀ ਆ ਇਹਦੇ ਤਾਂ ਦਿਮਾਗ 'ਚ ਵੀ ਤੇਰੀ ਮਾਂ ਨੂੰ ਤਾਂ ਮਾਰੂਗੀ ਹਰਪ੍ਰੀਤ। ਲੈ ਬੇਬੇ ਪਈ ਉਹ ਕਿੱਧਰ ਵਗ ਗਿਆ, ਮੈਨੂੰ ਤਾਂ ਚਾਹ ਤੇ ਟਾਈਮ ਹੀ ਲੱਗ ਗਿਆ ਥੋੜਾ ਜਿਹਾ, ਬਸ ਦੇਖਦੀ ਆ ਬੇਬੇ ਨੂੰ ਪੁੱਛਦੀ ਆ ਜਾ ਕੇ, ਕਹਿੰਦਾ ਤਾਂ ਮੈਨੂੰ ਐਸੀ ਕਿ ਬੇਬੇ ਕੋਲੇ ਬਹਿਣਾ ਮੈਂ। ਬੇਬੇ ਹਾਂ ਭਾਈ, ਆਪ ਕਿੱਧਰ ਵਗ ਗਿਆ? ਆਪ ਤਾਂ ਭਾਈ ਕਿੱਧਰ ਜਾਣਾ ਸੀ ਪੁੱਛਣਾ, ਉਹ ਤਾਂ ਭਾਈ ਮੇਰੇ ਨਾਲ ਲੜ ਕੇ ਵਗ ਗਿਆ, ਉਹ ਤਾਂ ਆਦਾ ਮੈਂ ਤਾਂ ਚਾਹ ਪੀਣ ਆਇਆ ਸੀ ਤੇ ਚਾਹ ਵੀ ਨਹੀਂ ਪੀ ਕੇ ਗਿਆ ਤੇ ਰੁੱਸ ਕੇ ਭੱਜ ਗਿਆ, ਮੇਰੇ ਨਾਲ ਤਾਂ ਲੜ ਕੇ। ਲੈ ਮੈਂ ਤਾਂ ਚਾਹ ਕਰਨ ਤੇ ਮਾੜੇ ਮੈਨੂੰ 10 ਮਿੰਟ ਵੱਧ ਲੱਗ ਗਏ, ਟਾਈਮ ਲੱਗ ਗਿਆ ਤੇ ਮੈਂ ਤਾਂ ਉਹ ਗੱਲ ਗੈਸ ਕੱਟ ਕਰਕੇ ਭੁੱਲ ਗਈ ਤੇ ਮੈਂ ਉੱਥੇ ਖੜੀ ਝਾਕੀ ਗਈ ਵੀ ਹੁਣ ਉੱਬਲਦੀ ਆ ਹੁਣ ਉੱਬਲਦੀ ਆ, ਜਦੋਂ ਝਾਕੀ ਗੈਸ ਬੰਨੀ ਮੈਂ ਕਹੂ ਮੈਂ ਤਾਂ ਗੈਸ ਹੀ ਘਟਾਤਾ, ਫੇਰ ਮਾੜਾ ਜਿਹਾ ਵਧਾ ਕੇ ਫੇਰ ਕਰਕੇ ਲੈ ਜਾ, ਮੈਂ ਕਿਹਾ ਮੈਨੂੰ ਲੜੂਗਾ ਚਾਹ ਤੇ ਟਾਈਮ ਲੱਗ ਗਿਆ ਤੇ ਉਹ ਤੇਰੇ ਨਹੀਂ ਬੋਲੀ ਜਾਂਦਾ ਸੀ, ਮੈਂ ਆਈ ਨਹੀਂ ਆਈ, ਮੈਂ ਚੱਲ ਮਾਂ ਪੁੱਤਾਂ ਨੂੰ ਕਰੀ ਜਾਣ ਦੇ ਗੱਲਾਂ, ਮੈਂ ਫਿਰ ਬੇਬੇ ਨੂੰ ਪੁੱਛਦੀ ਆ ਤੇ ਬੇਬੇ ਦੇ ਕੋਲ ਹੀ ਹੋਊਗਾ, ਕੀ ਆਏ ਮੁੜ ਮੜ ਕੇ? ਨਾ ਭਾਈ ਉਹ ਤਾਂ ਪਤਾ ਨਹੀਂ ਕਿੱਧਰ ਵਗ ਗਿਆ, ਲੈ ਕੇ ਕਹੀ ਮਿੰਤਲਾ ਦਾ ਮੁੜ ਕੇ ਖੇਤੀ ਵਗ ਗਿਆ, ਉਹ ਤਾਂ ਕਹਿੰਦਾ ਤੈਨੂੰ ਠੰਡੀਆਂ ਚੀਜ਼ਾਂ ਦੇਈ ਜਾਂਦੀ ਆ, ਉਹ ਤਾਂ ਤੇਰੇ ਪਿੱਛੇ ਲੜਾਈ ਕਰੀ ਗਿਆ ਮੇਰੇ ਨਾਲ, ਕਹਿੰਦਾ ਤੂੰ ਤੇ ਆਦਾ ਕੇ ਬੰਨ ਮਨੇ ਨਹੀਂ ਰੱਖਦੀ ਤੇ ਮੈਨੂੰ ਚਾਚੀ ਦੱਸਦੀ ਆ। ਤੇਰੇ ਕੋਲ ਦੱਸ ਕੇ ਗਿਆ? ਹਾਂ ਮੈਨੂੰ ਤਾਂ ਦੱਸ ਗਿਆ ਬੇਬੇ, ਗੱਲਾਂ ਤਾਂ ਸਾਰੀਆਂ ਮੈਨੂੰ ਵੀ ਦੱਸੀਆਂ ਸੀ ਇਹ ਵੀ ਤੂੰ ਬੇਬੇ ਨੂੰ ਠੰਡੀਆਂ ਚੀਜ਼ਾਂ ਦਿੰਦੀ ਆ, ਬੇਬੇ ਨੂੰ ਤੂੰ ਮਾਰਨਾ ਚਾਹੁੰਦੀ ਆ, ਬਾਲਾ ਕੁਛ ਕਹਿ ਕੇ ਗਿਆ ਮੈਨੂੰ ਤਾਂ। ਜੇ ਮੈਂ ਪੁੱਛਿਆ ਵੀ ਤੈਨੂੰ ਕਹਿੰਦਾ ਕੌਣ ਹੈ, ਕਹਿੰਦਾ ਕਿ ਕੋਈ ਮਰਜ਼ੀ, ਕਹਿੰਦਾ ਕਿ ਮੈਂ ਤੇਰੀ ਲੜਾਈ ਥੋੜੀ ਕਰਾਉਣੀ ਅਗਲੇ ਨਾਲ, ਮੈਨੂੰ ਤਾਂ ਪਹਿਲੀ ਸ਼ੱਕ ਸੀ ਚਾਚੀ ਤੇ। ਸ਼ੱਕ ਤਾਂ ਭਾਈ ਤੈਨੂੰ ਵੀ ਹੈਗਾ ਸੀ ਤੇ ਮੈਨੂੰ ਵੀ ਹੈਗਾ ਸੀ ਤੇ ਮੈਨੂੰ ਕਹਿੰਦਾ ਤੂੰ ਤਾਂ ਲੈ, ਮੈਨੂੰ ਸਾਰਾ ਕੁਝ ਚਾਚੀ ਦੱਸੀ ਜਾਂਦੀ ਹੈ, ਤੂੰ ਮੰਨਦੀ ਨਹੀਂ ਤੇ ਅਰਾ ਨਾ ਹਰਪ੍ਰੀਤ ਮੰਨੇ, ਤੈਨੂੰ ਕਹਿੰਦਾ ਜਾਣ ਕੇ ਦਿੰਦੀ ਹੈ, ਤੈਨੂੰ ਮਾਰਨਾ ਚਾਹੁੰਦੀ ਆ ਕਹਿੰਦਾ ਉਹ ਤਾਂ। ਨਾ ਹੋਰ ਕੀ ਕਹਿੰਦਾ ਸੀ ਬੇਬੇ? ਆਈ ਆਦਾ ਸੀ ਕਹਿੰਦਾ, ਉਹ ਤਾਂ ਆਏ ਆਦੀ ਹੈ ਚਾਚੀ ਵੀ ਉਹ ਤਾਂ ਕਿਹਾ ਹਰਪ੍ਰੀਤ ਕਹਿੰਦੀ ਆ ਵੀ ਮੈਂ ਤਾਂ ਨਾਲ ਚੂੜੀ ਪਵਾਉਂਗੀ ਜੇ ਮੇਰੀ ਬੇਬੇ ਮਰ ਜੇ ਤੇ ਨਾਲੇ ਮੈਂ ਕੜਾ ਪਵਾ ਲਾਂ ਤੇ ਸਾਨੂੰ ਤਾਂ ਸਿਆਉਣਾ ਆ ਜੇ, ਕਹਿੰਦਾ ਦੋ ਟੋਲੇ ਵੀ ਆਏ ਆਦੀ ਹੈ ਚਾਚੀ। ਦੇਖ ਲੈ ਬੇਬੇ, ਲੈ ਮੈਂ ਪਹਿਲਾਂ ਚਾਹੁੰਦੀ ਆ, ਮੈਂ ਤੈਨੂੰ ਮਾਰਨਾ ਚਾਹੁੰਦੀ ਆ, ਤੂੰ ਆਪ ਸੋਚ ਕੇ ਦੇਖ ਵੀ ਮੈਂ ਤੈਨੂੰ ਮਾਰਨਾ ਚਾਹੁੰਦੀ ਆ, ਮੈਨੂੰ ਘਰੇ ਬੈਠੀ ਤੂੰ ਬੁਰੀ ਲੱਗਦੀ ਆ,
चाची ना फिर गल करनी पऊगी। चाची तो अपने रोज लड़ाई पवादी है, कल भी चाची ने पवाई सी, अज भी चाची ने पवाई है। मैं चाची को जाके आनी हूं। ना भाई तू चाची को की जाना है, एवं तू तेरी चाची का सुभाव भी थोड़ा तलक है। तू न्याणी एवं तू कुछ कह देंगी, एवं तेरे ना लड़कूगी, फिर अपना एवं फिर पता ज्यादा कलेस पाई जी, ना फिर आप कितने गरलाल लड़ी। बेबे तू तो मुंह मानता नहीं है कोई जाना चाची को, फिर की होंगे जो अगला कहना अगला बोलता इना कुछ कहता उन्हें बिना गल तो रात खड़ा लादी आंदे आंदे भी इधरली गली आंदा जान के, वह भी चाची दिन बद सुन अपने नो। हां भी कोले भी ओनू गल्ला सुनदियां ने, भी ओ आउंदी जांदी रहिंदी आ, सारा ओनू पता रहिंदा अपनियां गल्लां दा। कुछ तां अपने ते तेरी चाची ऊ ही नहीं राजी। मैनू पता चाची तां अपने तो शुरू तो नहीं राजी, तेरा तो ओ माड़ा ही चाहुंदी है। तैनू तां ओ ऐ चाहुंदी है भी इहनां दी सस नूहां दी दोनां दी बणे ना। हां बस भी जे लड़न मैं इहनां नूं देखां, इह आप क्यों रोटी खांदियां दोनें बह के ते जुड़ के ते क्यों भी इकट्ठियां रहिंदियां ने। ओह तां अपने थोड़ा जिहा बस ऊ त्रिंगी रहिंदी हैगी। ऐ इही गल है बेबे, होर कोई गल नहीं। चल ऐ कर तू चाह पी ला, मैं तो उठे पाके तर के नहीं नहीं तो मैं चाह पीनी हूं। ते मैं तो कहंदी सी मैं चाची कोले जाए आउंदी, तू एमी रोकी जन्नी मैनूं। नहीं भाई कानू जाणांगा, ऐ मैं छड्ड परे खड़ा आपे, जे जां इत्थे आई ओदो पुछ पछ ली, जे नहीं बस तू जाई ना बस रहन दे। ऐ मैनूं पता खराब है तेरी चाची दा सभा इन्ना है नहींगा। चल तू पी चाह ते मैं ओ कप तो लै जानी आगी, तू पी ले जिन्नी क पीनी है। कोई ना दूजे ते ढक दी, ते जे ते आ गया ते ओनूं फड़ा देंगे, ते नहीं मैं लै जूं चक के। जवाकड़ी को ना तो मैं दसन जो करी सची गल, हूं कहनी मैं चाची ना लड़के आऊंगी, ऐ नी पता चाची को बाग जे ओ आपू भी तेनू पीने आख्या, कि आए ना कह दे भी मेरी बेबे ने दसिया भी गरलाल दस गया, ना दस ऐ नी पता ज्यादा लड़ाई बार जे उथे लड़ पाए दोनों, फिर नाल मेनू हूं ऐ डर लगता है। बेबे तले हूं पई है चाह पी के गी पै गड़बी ला धर गई, मापी चक लिया पई है हूं, तो कि चर नहीं उठती हूं। मैं इधरले बार टप जानी हूं, छोटे बार जानी हूं, अज तो मैं चाची ने समार के गल करके हूं। की है कुड़े हरप्रीत, चाची तेरे को ही आई? हां दस ना नी लिया तेरा, मेरी बेबे नू दस के गया, तू ओदे कोले कहा कि हरप्रीत नू आया भी जे मेरी सस मर जे तां मेरे पेके सियाउना पा जाण, ओदा मैं तेरे कोले सोते गल कर गई सोते पुछ गई, ते तू सारिया ओनू दसतियां भी ओ ऐ चाहुंदी ऐ करदी तेरी मां नू मारना चाहुंदी है। मैं क्यों मार दी सस नू? सस नू तो नहीं मार दी भाई, मुंडा मेरे को आया सी, मैं कहना उन्हें अज दसन बाग गई घरे आया सी, आके कहने चाची मेरी मां दी निगाह रखी तू, आके जाके कहने ठंडा तत्ती चीज दे दिंदी है। मैं आखिया चंगा भाई निगाह रखूंगी, मैं कहने निगाह कहदी रखा भाई, वो तो ऐ कहंदी भी जे बुढ़ी साडी कड़े वाले मरे ते कहने मैनूं सियाउना पा के जाणगे मेरे पेके, मैं तो रोए लैंदी आ ते पेकिआं दे सियाउने बारे। ओह फिर रै तां ऊ ले ली, तैनूं ऐ तां नहीं सिखिआ भी तूं उहदे कोले दस दी, तैनूं पता है उहनां तां मेरे नाल लड़के गिआ, मेरे तां पिछे डंग लैके पै गिआ, जे मेरे डंग मारदा उहदी जिम्मेदार तूं सी। क्यों मैं कह रही जिम्मेदार सी? तू हैगी नहीं सी जो तेरे कोलों गया सी, गल्लां तय करना सी। मां तो उहदे मारन नूं तू फिरदी हैगी, ठंडियां तुत्तियां चीजां देने सोहणे सर ते तू पुछदी फिरदी, आणक मार्च भी मेरे पेकां दा हक्क ना, बुढ़िया लीड़े लत्तां तू पुछदी फिरदी है, हजे के तू उहनूं दसदा कि मेरे डंग मारदा सी, डंग उह मेरे मारू तेरे ही मारू जदों तू पुछदी है ना। फिर मैं उहनूं ऐ तां नहीं सी कहा, दस्सिआ तां नहीं सी असीं उहदे कोले कोई गल, हुण बंदे कोले सारी गल थोड़ी दस्सी दी हुंदी है, बुढ़ियां तां साल पहलां पता करन लग जांदियां, 6 महीने पहलां चल पाने भी भाई की कुछ चाहिदा हुंदा। जे मैं पुछदी ना कल नूं तुसीं मैनूं कह देना एडी कुडर सी माड़ी मोटी धाकल किसे आंढ गुआंढ तों लै लैंदी, किसे नूं पुछ लैंदी, कंध तों मत लै लैंदी, जे बंदिआं नूं पुछ ला तां फिर गां गल्लां करन लग जांदियां, फिर लड़ाई करा देणा लै ते कर। अच्छा अच्छा इह तां तुहानूं लड़ाई कराउंदी आ, गुरलाल दी मां बारे तां तूं पुछ लिया भी हां की कुछ होंदा लीड़ा लत्ता, तेरी मां बारे तां पुछिआ भी मेरी मां बारे, जे मेरी मां नूं कुछ होगा मैनूं की चाहिदा, ਉਹ ਮੇਰੀ ਭਰਜਾਈ ਪੁੱਛੇਗਾ। ਹਾਂ ਪਰ ਮੈਨੂੰ ਕੀ ਲੱਗਦਾ? ਨਹੀਂ ਨਹੀਂ ਉਹ ਗਰਲਾਲ ਦੀ ਮਾਂ ਹੈ, ਉਹ ਗਰਲਾਲ ਨੂੰ ਦੁੱਖ ਲੱਗਦਾ ਹੈ, ਜਿੱਦੇ ਤੇਰੀ ਮਾਂ ਦਾ ਕੁਝ ਦੁੱਖ ਹੈ ਸੁੱਖ ਹੈ ਉਹਦੇ ਤੈਨੂੰ ਦੁੱਖ ਲੱਗੂ। ਆ ਮੇਰੇ ਮਾਂ ਨੂੰ ਮਾਰ ਕੇ ਤੈਨੂੰ ਕੀ ਮਿਲ ਜੂ? ਫਿਰ ਮੇਰੀ ਭੈਣ ਨੂੰ ਮਾਰ ਕੇ ਤੈਨੂੰ ਕੀ ਮਿਲ ਜੂ? ਮੇਰੀ ਭੈਣ ਤਾਂ ਦੰਦਾ ਦਾ ਰੱਖੇ ਤਾਂ ਐ ਕਰ, ਮੇਰੀ ਬੇਬੇ ਨੂੰ ਜਾ ਕੇ ਪੁੱਛ ਕੇ ਆ, ਮੈਂ ਮਾਰਨਾ ਚਾਹੁੰਦੀ ਹਾਂ, ਮੈਂ ਚੀਜ਼ ਉਹਨੂੰ ਆਪ ਦਿੰਦੀ, ਤੇਰੇ ਕੋਲ ਕਿਹਾ ਨਹੀਂ ਮੇਰੀ ਬੇਬੇ ਨੇ ਵੀ ਭਾਈ ਮੇਰਾ ਤਾਂ ਆਪਦਾ ਜੀ ਕਰਦਾ, ਮੈਂ ਤਾਂ ਖਾਨੀ ਆ, ਮੈਨੂੰ ਮੇਰੀ ਨੂੰਹ ਨਹੀਂ ਦਿੰਦੀ।
जो कसूरदार हो आप कुट खाएगी हूं तू मेरी भैन थर मारन खातर जो कह तेरी मां नु आप दी कुछ हो तेन उदो दुख लगो हूं तो गुरलाल की मां है बगानी मां है तेरी नी ता करके पुछदी फिरदी कर कर तू मेरी मां ती जाई जानी गल गल ते मेरी मां तेरी मां ते तेरे कड़ा मां नी नहीं मेरे तो मां हैगी मैं मानती हैगी मेरी मां ते मेरी मां जिद्दां मरूगी कहंदे मैं पूछ लूंगी गल कर तू आपदी मां दा तां पूछ ली नहीं कहंदे तू आपदी भरजाई ते लाके देख भी तेरी भरजाई कली है कल नू तेरी मां बारे कोई आंढ गुआंढ ते तां पूछूगी बेचारी भी की को चाहिए ना उन्हें मामी केड़ा पूछू नी मामी तो पूछू तैनू की पता मेरी मां जिंदी है कि मरी है मेरी मां तो मर गई मेरी भरजाई की पूछूगी मेरी मां तो मरी नू 4 साल हो गए भाई चल चल की मैंने तो पता नहीं सी बेचारी का हाँ। मैं पूछ लिया तेनू हाँ। तो कोई नी बुरा ना मनी मैं जो ते तू इना कुछ कर दी है ना मेरे तो मुंह चो निकल गया नहीं मैं कोई मैंने ही नहीं पता बेचारी का नानी का भी है कि है नी हूं मैं कितने याद रही गल कोई मैं भूल गई चल कोई ना दसा तो भूल गई कोई नी चल गुस्से बोलेगा भाई मैंने गुस्सा आया तेरे ते नानी तो मैं इतों ही निकल गया जी मैं तो इतों गुस्से च बोलेगा वो मैं जेकर गुस्से च मैं इतों दसा गया मुंडे फिर चल जिम्मे तू चल दे मेरी भैन का मैं गुस्सा लग गया मैं मुंडे दसता भाई तेरे बहु मारन फिर आज पेकते पूछती उन्होंने तो नहीं हक कुछ लिया अज तो मैं मुंडे मैं नहीं दसा तेरी मां लीड़े पूछती है भी लीड़े की लियाने हैं फिर तेरे ज्यादा पैदे भाई चित्र अज तो मैं मूह पोच गई अज तो तेरे पेकों ने दसा कल्याद और फिर चाची आंढ गुआंढ पुछदा होंगे बंदा जे पुछ लिया फिर की हो गया फिर कहना मेरी सस अज ही मर गई वह वेखी मेरी सस तो घोड़े वर्गी पी है चल वधिया घोड़े वर्गी रहे मैं कदों कहनी मरे मैं भैन का भाया मैं जाके गोडे लग जाने दुख दे सुख दे मेरे लग जाने मैं लग दी दोनों भैन गल कर दी तू कठिया देख के ना तेन हुई पे तकलीफ अच्छा कठिया क्यों रहा सस नूं इन्हू किसी लोट लड़ाव असि तो नहीं लड़द सस ना तो नहीं पिया फर्क जो तू सा दोनों जन का फर्क पाना चाहनी है चाची गलत गल है दूजे के घर कोई अंदाजी करना आपका घर सामने अजकल तो उही बहुत है बहुत उही हों आपका घर जो कहने दूजे का घर कहने आप जाने आपके भैन भाई का दुख लगता हों गल का जिदे अज तो मेरी भैन का मैं दुख लगता पूछ ली फिर तेरे भैन भाई का जिदों को पूछू तेन दुख नहीं लगूगा फिर मैं केड़ा कहनी हां तेरी भैन नी भैन केड़ा धोती लैंदी हुंदी है भैन नू फिर जे कुछ होऊगा वह तो फिर तेरे सामने है वह तो जो होगा रब ते जाके भैन नू जान नहीं दिंदी नहीं नहीं वह तो रब की मर्जी है जिद कुछ होगा तू पहले बागी बात छड़ी है मेरी सस मरे मेरे पेकों का की कुछ चाहिए तू तो पहले लगी पई है भाई मेरी भैन मारना हजे उल्टी जे मैं मुंडे दसता तो मेरे ना दुआत कर फिर आ गई हूं भी मैं तो मुंडे दसू भाई तेरे बहू लड़के गई है दसी जा फिर दसूगी हूं सीधी हाँ फिर दसेंगे कोई मैं मुंडे तो डरती भी नहीं मैं मुंडे मूहे भी सीधी हो जाऊ फिर चल कोई ना सीधी दसूगी हूं मैं कर लाल हूं तू आए आखेंगी फिर चुगली करती हूं जिन्या गल कही मैं तो सारिया दसूंगी जा दस दी चाची करा दी मेरा की करानी है तू कराऊंगी मैं तो ऐडी ना गड़बी भर के फड़ा गई हरप्रीत चाह दी बलाई सोहनी दुध पा के बाबा सारा मैं पी गई सारी और मुंडा तो छड़ के भज गया करी तो नाल ओदी चाह सी ते ओ छड़ के भज गया सारी मेनू पीनी पाईगी हुण मैं औखी होई जानी आ मैं वध पाई पीगी ते जेड़ा हुण ओ पी जांदा फिर मैं इन्नी चाह कानू पींदी दस जो मुंडा ही पी जांदा ओ ओदू खेत भज गया लैके कही बेबे की कहना भाई तुरी जे फिरदी की गल आ बे भाई मैं तो चाह ना एडी गड़बी भर के फड़ा गई हरप्रीत बलाई सोहना तो बच्चे दुध पाता उन्हें बलाई ते चाह थी स्वाद ते मैं तो बलाई पीगी ते बिच मैं तेरे वाली चाह भी पीगी दो अपनी दोनों की चाह करी सी उन्हें अच्छा जो मैं खेत गया सीगा हाँ मेरे वास्ते चाह बनाई सी उन्हें ते होर भाई बलाई तो हैगी सी चाह बनाउंदी रहेगी एडी गड़बी भर लई ते तू चक के कही ओदी भज गया बेबे मैं की करा ना तो वह मेरी गल मनदी है ना तू मनदी है दस मैं की करा मैं तो गुस्से च ही बग गया खंड भी पाई सी फिर हुण डोल नहीं थोड़ी सी चाह है सोहनी बेबे तेरा भी सरीप है हुण तू औखी होई जानी है पहला तू खान पीन का कोई हिसाब किताब नहीं रखती है ना मैं दस हुण की करा तेरा भाई हिसाब किताब तो क्यों नहीं रखती जो तू ही पी जान फिर मैं कानू औखी होंगी मैनू तो चाह पिनी नहीं सी जो मेनू चाह पिनी होंगी
ਤੁਸੀਂ ਮੈਨੂੰ ਬੋਲ ਮਾਰ ਲੈਂਦੀ ਉਹ ਮੈਂ ਚਾਹ ਪੀ ਕੇ ਵਗ ਜਾਂਦਾ ਧਰੀ ਤਾਂ ਭਾਈ ਤੇਰੀ ਖਾਤਰੀ ਸੀ ਵੀ ਖੇਤੋ ਆਊਗਾ ਕਥੂ ਤਾ ਬਸ ਡਰ ਕੇ ਮੇਰੇ ਨਾਲ ਭੱਜ ਗਿਆ ਚਾ ਕਿ ਚਾਚੀ ਆਏ ਕਹਿੰਦੀ ਆ ਚਾਚੀ ਆਏ ਕਹਿੰਦੀ ਆ ਦੱਸ ਤਾ ਚਾਚੀ ਦੀਆਂ ਸੁਣਨ ਲੱਗ ਜਾਂਦੇ ਨਾ ਚਾਚੀ ਫਿਰ ਮੇਰੀ ਕਹਿੰਦੀ ਸੀਗੀ ਮੈਂ ਤਾਂ ਸੱਚੀਆਂ ਗੱਲਾਂ ਕਰਦਾ ਸੀਗਾ ਮੈਂ ਕੋਈ ਝੂਠ ਬੋਲਦਾ ਸੀਗਾ ਨਾ ਭਾਈ ਝੂਠ ਭਮਾ ਭਮਾ ਸੱਚ ਸੀ ਭਾਈ ਭਮਾਰੀ ਝੂਠ ਸੀ ਐਵੇਂ ਕਿਸੇ ਦੀ ਗੱਲ ਤੇ ਕਮਲੇ ਅਸਰ ਨਹੀਂ ਕਰੀਦਾ ਹੁੰਦਾ ਉਹ ਮੈਨੂੰ ਤੂੰ ਐਂ ਦੱਸ ਹੁਣ ਕੋਈ ਰੋਟੀ ਟੁੱਕ ਖਾ ਲਈਏ ਦੋ ਰੋਟੀਆਂ ਖਾ ਲਈਏ ਗਈ ਕਿੱਧਰ ਘਰੇ ਐ ਹੁਣ ਉਹ ਉਹ ਤਾਂ ਭਾਈ ਪਤਾ ਨਹੀਂ ਮੈਂ ਤਾਂ ਇੱਥੇ ਹੁਣ ਸਾਰੀਆਂ ਗੱਲਾਂ ਦੱਸਤੀਆਂ ਕਹਿੰਦੀ ਕਿ ਮੁੰਡਾ ਤੇ ਨਾਲ ਦੀ ਗਲਾਲ ਕਿਵੇਂ ਬੋਲੀ ਜਾਂਦਾ ਸੀ ਦੋਨੇ ਮਾਂ ਪੁੱਤ ਕਹਿੰਦੀ ਲੜੀ ਜੇ ਜਾਂਦੇ ਸੀ ਮੈਂ ਕਿਹਾ ਭਾਈ ਉਹ ਤਾਂ ਮੈਂ ਕਿਹਾ ਚਾਚੀ ਪਿੱਛੇ ਤੇਰੀ ਪਿੱਛੇ ਕਹਿੰਦਾ ਸੀ ਵੀ ਮੈਨੂੰ ਚਾਚੀ ਦੱਸਦੀ ਆ ਵੀ ਤੈਨੂੰ ਠੰਡਾ ਤੱਤਾ ਦਿੰਦੀ ਆ ਕਹਿੰਦੀ ਲੈ ਅਰੇ ਐਂ ਪਤਾ ਚਾਚੀ ਕੇ ਘਰੇ ਨਾਲ ਲੜਨ ਵਾਗ ਗਈ ਹੋਵੇ ਅੱਛਾ ਸ਼ਾਬਾਸ਼ ਤੇਰੇ ਬੇਬੇ ਤੂੰ ਸਾਰੀਆਂ ਗੱਲਾਂ ਉਹਨੂੰ ਦੱਸਤੀਆਂ ਵੀ ਤੇਰੀ ਚਾਚੀ ਨੇ ਐਂ ਕਿਹਾ ਸੀ ਫਿਰ ਭਾਈ ਮੈਂ ਤਾਂ ਮੂੰਹ ਚੜ ਲਿਖਾ ਕਰ ਮੈਨੂੰ ਪੁੱਛਣ ਲੱਗ ਗਈ ਫਿਰ ਮੈਂ ਕੀ ਕਰਾਂ ਕਰ ਤੂੰ ਲੜਕੇ ਵਾ ਗਿਆ ਫਿਰ ਮੈਨੂੰ ਵੀ ਅਰਖ ਜਾ ਗਿਆ ਮੈਂ ਆਖਦਾ ਹੁਣ ਸਾਰਾ ਦਿਨ ਨਿੰਦੀ ਜਾਂਦਾ ਰਹਿੰਦਾ ਹਰ ਤਰੀਕੇ ਬੇਬੇ ਰੋਟੀ ਵੀ ਕਿਤੇ ਪਚਾਉਣੀ ਹੈ ਕਿਤੇ ਮਾੜੀ ਮੁੱਟੀ ਗੱਲ ਵੀ ਪਚਾ ਲਿਆ ਕਰ ਉਹ ਤਾਂ ਮੈਨੂੰ ਪਹਿਲਾਂ ਹੀ ਪੁੱਛਦੀ ਸੀਗੀ ਵੀ ਤੈਨੂੰ ਇਹ ਤੇਰੇ ਕਿਨੇ ਕੰਨ ਭਰਿਆ ਕਿਨੇ ਗੱਲਾਂ ਕਹੀਆਂ ਮੈਂ ਤਾਂ ਉਹਦੇ ਕੋਲ ਮੇਰੀ ਚਾਚੀ ਦਾ ਨਾਂ ਨਹੀਂ ਸੀ ਲਿਆ ਮੈਂ ਭਾਈ ਫਿਰ ਕਦੋਂ ਫਿਰ ਮੈਨੂੰ ਬਾਲਾ ਆਖੀ ਗਈ ਫਿਰ ਮੈਂ ਤਾਂ ਮੂੰਹ ਚੋਂ ਨਿਕਲ ਗਿਆ ਜੇ ਮੈਨੂੰ ਐ ਪਤਾ ਹੁੰਦਾ ਵੀ ਇਹ ਚਾਚੀ ਕੇ ਬਗਜੂ ਫਿਰ ਮੈਂ ਦੱਸਦੀ ਵੀ ਨਹੀਂ ਸੀ ਬੇਬੇ ਤੂੰ ਵੀ ਠੀਕ ਹੈ ਜਦੋਂ ਆਪਾਂ ਦੱਸਾਂਗੇ ਵੀ ਤੇਰੀ ਫਲਾਣੇ ਨੇ ਗੱਲ ਕਹੀ ਹੈ ਫੇਰ ਤਾਂ ਬੰਦਾ ਲੜਾਈ ਤਾਂ ਵਧੂਗੀ ਲੜਾਈ ਕਰੂ ਹੋਰ ਦੱਸ ਕੀ ਕਰੂ ਉਹ ਲੜਾਈ ਭਾਈ ਫੇਰ ਕਦੋਂ ਹੁਣ ਭਾਈ ਤੇਰੀ ਚਾਚੀ ਵੀ ਨਹੀਂ ਹਟਦੀ ਫੇਰ ਇਹਨੂੰ ਸਾਰਾ ਦਿਨ ਹੀ ਨਿੰਦੀ ਜਾਂਦੀ ਹੈ ਹਰਪ੍ਰੀਤ ਆਇ ਕਰਦੀ ਹੈ ਤੇਰੀ ਮਾਂ ਨੂੰ ਮਾਰਦੀ ਹੈ ਫਲਾਣਾ ਕੁਛ ਕਰਦੀ ਹੈ ਸਾਰਾ ਦਿਨ ਭਾਈ ਨਿੰਦਿਆ ਵਾਲੀ ਕਰਦੀ ਹੈ ਇਹ ਵੀ ਕੀ ਕਰੇ ਵਿਚਾਰੀ ਬੇਬੇ ਮੇਰੀ ਚਾਚੀ ਨਹੀਂ ਗੱਲਾਂ ਕਰਦੀ ਕਸੂਰ ਤਾਂ ਸਾਰੇ ਛੋਡੇ ਨੇ ਜੇ ਤੁਸੀਂ ਅਗਲੇ ਨੂੰ ਮੌਕਾ ਦਿੰਦੇ ਹੋ ਫੇਰ ਹੀ ਛੋਡੀਆਂ ਕੋਈ ਗੱਲਾਂ ਕਰਦਾ ਹੈ ਮੌਕਾ ਕਿ ਦਿੰਨੇ ਭਾਈ ਫਿਰ ਤੂੰ ਵੀ ਭਾਈ ਇਹੀ ਵੀ ਹੀ ਆਉਣਾ ਤੂੰ ਹੋਰ ਪਾਸੇ ਦੀ ਆ ਜਾ ਕਰ ਤੈਨੂੰ ਵੀ ਆਇਆ ਵੀ ਜੇ ਕੋਈ ਚਾਚੀ ਮੈਨੂੰ ਗੱਲਬਾਤ ਦੱਸੇ ਸਾਡੇ ਘਰ ਦੀ ਚਾਚੀ ਮੈਨੂੰ ਗੱਲਾਂ ਦੱਸਦੀ ਏ ਮੈਂ ਤਾਂ ਜਾਣ ਕੇ ਪੁੱਛਦਾ ਤੂੰ ਤੇ ਭਾਈ ਦਾ ਭਾਈ ਤੂੰ ਇੱਧਰ ਦੀ ਆਉਣਾ ਫਿਰ ਤੂੰ ਸਾਡੇ ਨਾਲ ਕਰਦਿਆ ਲੜਾਈਆਂ ਤੇ ਤੂੰ ਵੀ ਸੱਚੀ ਗੱਲ ਕਿਉਂ ਨਹੀਂ ਦੱਸਦਾ ਸਾਨੂੰ ਨਾ ਜੇ ਤਾਂ ਗੱਲਾਂ ਨਹੀਂ ਉਹ ਉਂ ਬਣਾਉਂਦੀ ਏ ਫਿਰ ਤਾਂ ਤੁਸੀਂ ਕਹੋ ਉਹ ਤਾਂ ਗੱਲਾਂ ਸੱਚੀਆਂ ਦੱਸਦੀ ਏ ਮੈਨੂੰ ਕੁਝ ਤਾਂ ਭਾਈ ਸੱਚੀਆਂ ਵੀ ਦੱਸਦੀ ਏ ਕੁਝ ਭਾਈ ਕੋਈ ਪੰਜ ਚਾਰ ਕੋਲੋਂ ਵੀ ਲਾ ਲੈਂਦੀ ਏ ਵੀ ਆਪੇ ਲੜੀ ਜਾਣਗੇ ਤਿੰਨੇ ਬੇਬੇ ਕਾਨੂੰ ਗੋਲੋਂ ਲਾਉਂਦੀ ਐ ਹੁਣ ਦੱਸ ਮੈਂ ਕੀ ਕਰਾਂ ਹੁਣ ਕਿਤੇ ਹੋ ਜਾਣਾ ਲੜਨ ਨਾ ਬਾਗੀ ਹੋਵੇ ਕੀ ਪਤਾ ਭਾਈ ਲੜਨ ਬਾਗੀ ਕਿੱਥੇ ਮੈਂ ਗਈ ਆ ਭਾਈ ਦੇਖ ਲੈ ਰੋਟੀ ਖਾ ਲੈ ਭਾਈ ਉੱਥੇ ਚਾਹ ਚੂ ਕਰੀ ਬੈਠੀ ਹੋਊਗੀ ਚਾਹ ਪੀ ਲੈ ਭਾਈ ਬੇਬੇ ਤੇਰੇ ਵਾਲਾ ਵੀ ਸਰੀ ਪਿਆ ਆਪਾਂ ਰੋਟੀ ਟੁੱਕ ਵੀ ਪਚਾ ਹੀ ਲੈਨੇ ਆ ਕੋਈ ਗੱਲ ਵੀ ਪਚਾ ਲਿਆ ਕਰ ਇਹ ਤਾਂ ਹਜੇ ਵੀ ਨਹੀਂ ਚਾਚੀ ਨੂੰ ਮਾੜਾ ਆਖਣ ਦਿੰਦਾ ਚਾਚੀ ਤਾਂ ਕਹਿੰਦਾ ਮੈਂ ਤਾਂ ਜਾਣ ਕੀ ਇੱਧਰ ਦੀ ਆਉਣਾ ਹਜੇ ਚਾਚੀ ਨੂੰ ਬੁਰਾ ਨਹੀਂ ਆਖਣ ਦਿੰਦਾ ਸਾਨੂੰ ਤਾਂ ਸੱਸ ਨੂੰ ਸਾਨੂੰ ਲੜੀ ਜਾਊਗਾ ਪਰ ਉਹਨੂੰ ਨਹੀਂ ਮਾੜਾ ਕਹਿੰਦਾ ਇਹ ਤਾਂ ਜਾਣ ਕੇ ਆਉਂਦਾ ਉਹਦੀਆਂ ਗੱਲਾਂ ਸੁਣਦਾ ਮਾਰਾ ਵੀ ਜੇ ਚਾਚੀ ਮੈਨੂੰ ਕੋਈ ਗੱਲ ਦੱਸੇ ਫਿਰ ਮੈਂ ਹਰਪ੍ਰੀਤ ਤਰ੍ਹਾਂ ਲੜਾਂ ਜਾਂ ਮੇਰੀ ਮਾਂ ਨਾਲ ਲੜਾਂ ਘੱਟ ਇਹ ਵੀ ਨਹੀਂ ਇਹ ਵੀ ਜਾਣ ਕੇ ਬਾਇਬਤੀ ਉਧਰ ਦੀ ਆਉਂਦਾ ਹੈਗਾ ਇਹ ਬੁੜੀ ਨੇ ਨਾ ਮੈਨੂੰ ਸਾਰਿਆਂ ਨਾਲ ਲੜਾਤਾ ਸਾਰੇ ਆਂਢ ਗੁਆਂਢ ਮੈਨੂੰ ਤਾਂ ਬੁਰਾ ਮੰਨਣ ਲੱਗ ਗਿਆ ਮੇਰੇ ਤਾਂ ਘਰ ਵਾਲਾ ਵੀ ਮੈਨੂੰ ਬੁਰੀ ਮੰਨਣ ਲੱਗ ਗਿਆ ਵੀ ਤੂੰ ਮੇਰੀ ਮਾਂ ਨੂੰ ਮਾਰਨਾ ਚਾਹੁੰਦੀ ਹੈ ਹੁਣ ਹੋਰ ਨਾ ਕੋਈ ਹੱਲ ਹੋਵੇ ਇਹ ਬੁੜੀ ਨੂੰ ਤਾਂ ਮੈਂ ਤਾਂ ਬਖਸ਼ਦੀ ਤਾਂ ਹੈ ਨਹੀਂ ਜਿਹੜਾ ਕੁਛ ਇਹਨੇ ਮੇਰੇ ਨਾਲ ਕਰਾਇਆਗਾ ਇਹਨੂੰ ਨਾ ਮੈਂ ਦੁੱਧ ਆਈਸਕ੍ਰੀਮ ਜਮਾ ਕੇ ਉਹ ਖਵਾਉਂਗੀ ਹੁਣ ਮੈਂ ਇਹਨੂੰ ਗੱਡੀ ਤੇ ਚੜਾ ਕੇ ਛੱਡੂ ਇਹਨੂੰ ਬੜਾ ਪਤਾ ਲੱਗਦਾ ਵੀ ਕੀ ਬੋਲਦੀ ਆਉਂਦੀ ਹੈ ਐਡੀ ਦੂਰ ਕਿੱਥੇ ਸੁਣਦਾ ਇਹਨੂੰ ਬੇਬੇ ਹਾਂ ਭਾਈ ਐ ਚੁੱਪ ਜੇ ਕਰੀ ਕਿਵੇਂ ਬੈਠੀ ਐ ਬਸ ਉਹੀ ਬਈ ਜੀ ਭਾਈ ਹੋਰ ਹੁਣ ਤੂੰ ਇਧਰੋਂ ਕਿਧਰੋਂ ਜਿਉਂ ਆਈ ਆ ਕੋਈ ਨਵੇੜੀ ਕੰਮ ਧੰਦਾ ਕਿਧਰੋਂ ਆਈ ਐ ਮੈਂ ਕਿਹੜਾ ਕੰਮ ਧੰਦਾ ਨਵੇੜਨ ਗਈ ਸੀ ਮੈਂ ਤਾਂ ਚਾਚੀ ਕੋਲੇ ਜਾ ਕੇ ਆਈ ਆ ਅੱਛਾ ਮੈਂ ਕਿਹਾ ਤੂੰ ਮਾਂ ਮਾਂ ਕਿਤੇ ਬਾੜੇ ਬੂੜੇ ਚ ਗਈਆਂ ਕਿਤੇ ਮੈਂ ਖਾਲਾ ਪਾਥੀਆਂ ਨਾ ਮੈਂ ਬਾੜੇ ਚ ਕਿੱਥੋਂ ਗਈਆਂ ਮੈਂ ਤਾਂ ਉਧਰੋਂ ਆਈ ਆ ਤੈਨੂੰ ਭੁਲੇਖਾ ਪੈ ਗਿਆ ਮੈਂ ਇਧਰੋਂ ਆਈ ਆ ਹਾਂ ਤੇ ਤੂੰ ਉਹਨਾਂ ਦੇ ਕਿਵੇਂ ਵਾਗੀ ਤੈਨੂੰ ਮੈਂ ਦੱਸਿਆ ਤਾਂ ਸੀ ਵੀ ਚਾਚੀ ਕੋਲੇ ਮੈਂ ਜਾ ਕੇ ਆਉ ਚਾਚੀ ਦੇਖ ਲੈ ਸਾਰੇ ਕੰਮ ਚਾਚੀ ਦੇ ਕੀਤੇ ਹੋਏ ਆ ਚਾਚੀ ਕਹਿੰਦੀ ਮੈਂ ਤਾਂ ਦੱਸਿਆ ਫਿਰ ਕਹਿੰਦੀ ਹਾਂ ਮੰਨੂਗੀ ਤੇਰੇ ਕੋਲ ਲੈ ਦੇਖ ਲਾ ਫਿਰ ਭਾਈ ਫਿਰ ਬਾਬਾ ਨਾਲ ਪੀਤੇ ਨਾ ਕੁਛ ਨਹੀਂ ਬੋਲੀ ਬਥੇਰੇ ਮਿਹਣੇ ਦਿੱਤੇ ਗਾਂ ਤਾਂ ਮੇਰੀ ਮਾਂ ਨੂੰ ਵੀ ਫੜਦੀ ਐ ਬੇਬੇ ਕਹਿੰਦੀ ਵੀ ਕੱਲ ਨੂੰ ਤੇਰੀ ਮਾਂ ਨੂੰ ਕੁਛ ਹੋਈਏ ਫੇਰ ਅਗਰ ਤੂੰ ਮੇਰੀ ਭੈਣ ਨੂੰ ਮਾਰਨਾ ਚਾਹੁੰਦੀ ਐ ਲੈ ਮੈਂ ਕਦੋਂ ਮਾਰਨਾ ਚਾਹੁੰਦੀ ਐ ਤੈਨੂੰ ਮੈਂ ਕਿੱਦੇ ਆਖਿਆ ਮੇਰੀ ਬੇਬੇ ਮਰ ਜੇ ਲੈ ਦੇਖ ਲੈ ਲੈ ਆਖ ਮੈਂ ਮਾਰ ਕੇ ਮੇਰੀ ਮਾਂ ਤੋਂ ਕੀ ਲੈਣਾ ਮੇਰੀ ਬੇਬੇ ਤੋਂ ਆਖ ਦੱਸ ਹਾਂ ਐਵੇਂ ਮੇਰੇ ਤਾਂ ਉਹੀ ਪਿੱਛੇ ਪੈ ਰਹੀ ਐ ਬਾਦ ਪੈ ਰਹੀ ਐ ਬੇਬੇ ਮੇਰੇ ਤਾਂ ਫਿਰ ਤੇ ਆਖ ਕੀ ਆਦੀ ਤੇਰੀ ਮਾਂ ਨੂੰ ਤੇਰੀ ਬੇਬੇ ਨੂੰ ਕੀ ਕਹਿੰਦੀ ਸੀ ਅਹੀਂ ਕਹਿੰਦੀ ਸੀ ਕਹਿੰਦੀ ਜੇ ਤੇਰੀ ਮਾਂ ਨੂੰ ਕੁਝ ਹੋ ਜੇ ਪਤਾ ਤੈਨੂੰ ਫੇਰ ਲੱਗੂਗਾ ਕਹਿੰਦੀ ਤਾਂ ਮੇਰੀ ਭੈਣ ਹੈ ਕਿ ਤੂੰ ਤਾਂ ਮਾਰਨਾ ਚਾਹੁੰਦੀ ਹੈ ਮੇਰੀ ਭੈਣ ਨੂੰ ਤੂੰ ਤਾਂ ਮੈਨੂੰ ਬਾਹਲਾ ਕੁਝ ਬੋਲੀ ਬਸ ਮੈਂ ਤੈਨੂੰ ਕੀ ਦੱਸਾਂ ਹੁਣ ਅੱਖ ਫਿਰ ਮੇਰੀ ਮਾਂ ਤੈਨੂੰ ਕੀ ਕਹਿੰਦੀ ਹੈ ਵੀ ਤੂੰ ਮੇਰੀ ਮਾਂ ਦੇ ਚੱਲ ਜਾ ਦਿਮਾਗ ਉਹਦਾ ਕਹੀ ਜਾਂਦੀ ਆਪਾਂ ਨੇ ਕੀ ਲੈਣਾ ਐ ਤਾਂ ਜੀ ਉਹੀ ਗੱਲ ਛੇੜ ਲਾ 100 100 ਇੱਕ ਗੱਲ ਹੁੰਦੀ ਹੈ ਉਹਦੇ 50 ਮਿਹਣੇ ਦੇ ਦਾਂਗੀਆਂ ਹੀ ਹੈ ਗੱਲਾਂ ਹੋਰ ਫੜ ਲੈਣੇ ਗੱਲ ਹੋਰ ਹੁੰਦੀ ਹੈ ਗੱਲ ਆਪਣੀ ਸੀ ਕਿੱਥੇ ਜਾ ਕੇ ਮੇਰੇ ਪੇਕਿਆਂ ਦੇ ਲਿਜਾ ਕੇ ਛੱਡਤੀ ਉਹਨੇ ਆਹੀ ਕਰਦੀ ਆ ਭਾਈ ਕੀ ਕਰੇ ਕੋਈ ਮੈਂ ਤੈਨੂੰ ਆਖਿਆ ਤਾਂ
बस फिर हुण सुन के आ गई फिर ओदियां तैनू किन्नियां किन्नियां सुनाईयां। ऐ तां मैं भी सुना के आईयां, मैं कड़ा नूं सुना के नहीं आई, बतेरियां सुना के आईयां मैं भी, जिहड़ियां सुनाउणियां सी मैं सुनाया ई। ते बेबी मैं तेरे नाल पुछदी सी, मैं आखां जे लस्सी दही तां देखो जे तैनू दिन्नी आ फिर तैनू तेरा मुंडा भी लड़ूगा भी तू क्यों खानी है ते तू बीमार ना हो जाई। उहदे नाल लस्सी दही बंद कीती है डाक्टर ने, दुध तां नहीं बंद कीता, जिवें तैनू दुध दी आइसक्रीम बना के दे दां उह खा ले। देख लै भाई फिर ना कि कोई तेरी चाची वर्गी नूं पता लग जाए जां कितें मुंडा ही ना उत्ते आ जाए फिर आखूगी उहनूं चीजां बना बना दिंदी है। बेबे आपां कहिड़ा किसे नूं दसण जाणा है, तू अंदर वर के खा ली कमरे च बह के। देख ला भाई फिर जमाउनी है भाई जमा ला फिर तेरी सलाह है। जे तेरा जी करदा फिर जी करदा तेरा आइसक्रीम खान नु। हां भाई ऐ तां फिर गर्मी है जे आ दवाइयां खाई जानी है। हां मैं भी गर्म दवाइयां करके कहनी आ भी तेरा कालजा मचदा, मैं तेनू ठंडी ना फ्रिज च आइसक्रीम जमा दानी आ ते आथणी ओ देऊंगी ओ खा ली। चंगा चंगा ओदे नाल तू जमा सेट हो जाएगी, तेरा कालजा मचनो हट जू। चंगा नाले इन्हां दा की है किसे दी एवें गल ना सुने, जो तेनू मैं खान नु दिनी आ मैं नहीं रोकदी। फिर दूजिया का की है, चाची का तो वही ढिड दुखदा भी खान पीन क्यों दिंदी है इनू भी यह देवे ना फिर यह लड़न दोनों सस नूं फिर वह मेरे कोले आवे भी मेरी नूं मैनू खान पीन नहीं दिंदी। हां भी निंदे हरप्रीत दियां भी की कहिंदी है भी निंदे इनू हरप्रीत नूं। हां यही गल है भी फिर मैं सुनूंगी भी फिर कन्न ला के भी हां भी ओनू नींद दी आएगी भी आपदी नूं नाल बनदी नी। भला हुण जे तेरे सामने है ओहदे उंगलां लाई जांदी ले, जे तू नहीं जांदी तू नहीं सुनदी ओहदी गल ਤਾਂ ਉਹਦੇ ਉਂਗਲਾਂ ਲਾਣ ਦੀ ਹੈਗੀ। ਉਹ ਕਮਲਾ ਐਡਾ ਉਹ ਚਾਚੀ ਦੇ ਪਿੱਛੇ ਲੱਗ ਜਾਂਦਾ, ਚਾਚੀ ਦੀ ਗੱਲ ਤੇ ਯਕੀਨ ਕਰਦਾ ਆਪਣੀ ਤੇ ਕਰਦਾ ਨੀ। ਆਉਂਦਾ ਵੀ ਭਾਈ ਉਹ ਇੱਧਰ ਦੀ ਹੈ, ਉਹ ਬਸ ਉਹ ਵੀ ਜਾਣ ਕੇ ਗੱਲਾਂ ਸੁਣਨ ਦਾ ਮਾਰਾ, ਹੋਰ ਪਾਸੇ ਦੀ ਵੀ ਆ ਸਕਦਾ, ਉਹਨੂੰ ਭੋਰੋ ਭੋਰ ਗੱਲ ਤੇਰੀ ਚਾਚੀ ਵੀ ਦੱਸਦੀ ਆ, ਸਮਾਰ ਕੇ ਸੁਣ ਸੁਣ ਆਉਂਦਾ ਉਹਦੀਆਂ ਗੱਲਾਂ। ਚਾਚੀ ਤਾਂ ਮੈਨੂੰ ਤਾਂ ਲੱਗਦਾ ਜਿਵੇਂ ਕੋਈ ਬਾਰਚੀ ਖੜੀ ਹੁੰਦੀ ਉਹਨੂੰ ਦੱਸਣ ਨੂੰ, ਉੱਥੇ ਖੜ ਜਾਂਦੀ ਆ। ਉਹਦਾ ਤਾਂ ਹੁਣ ਵੀ ਨੀ ਪਤਾ, ਮੈਨੂੰ ਕਹਿੰਦੀ ਸੀ ਕਹਿੰਦੀ ਲਾਲਾ ਜ਼ੋਰ ਜਿਹੜਾ ਲੱਗਦਾ, ਕਹਿੰਦੀ ਮੈਂ ਤਾਂ ਮੁੰਡੇ ਨੂੰ ਹੁਣ ਵੀ ਦੱਸੂਗੀ ਸਾਰੀਆਂ ਗੱਲਾਂ। ਮੈਂ ਕਹਾ ਦੱਸ ਦੇ ਜਾ ਕਰਾ ਦੇ ਕੀ ਕਰਾਉਣਾ ਮੇਰਾ ਕੀ ਪਤਾ ਭਾਈ, ਬਾਹਰ ਗਿਆ ਖੜੀ ਹੁੰਦੀ ਆ, ਆਪ ਹੀ ਨਾ ਕਿਤੇ ਬੋਲ ਮਾਰ ਕੇ ਵਗ ਜਾਂਦਾ ਹੋਵੇ, ਇਹ ਵੀ ਨੀ ਪਤਾ। ਉਹ ਤਾਂ ਕਹਿੰਦੀ ਐ ਕਹਿੰਦੀ ਮੇਰੇ ਤਾਂ ਘਰੇ ਆਇਆ ਸੀ ਭਾਈ ਮੁੰਡਾ, ਮੈਥੋਂ ਤਾਂ ਪੁੱਛ ਕੇ ਗਿਆ, ਕਹਿੰਦੀ ਮੈਂ ਕਿਹੜਾ ਘਰੇ ਦੱਸਣ ਗਈਆਂ ਤੁਹਾਡੇ। ਚਾਚੀ ਨੇ ਤਾਂ ਪੈਣੀ ਪੈਣਾ। ਚੱਲ ਤੂੰ ਐ ਕਰੀ, ਚਾਚੀ ਕੋਲੇ ਨਾ ਹੁਣ ਦੱਸੀ ਮੈਨੂੰ ਆਈਸਕ੍ਰੀਮ ਦਿੱਤੀ ਸੀ, ਕਿਸੇ ਕੋਲੇ ਗੱਲ ਨਾ ਕਰੀ। ਨਾ ਮੈਂ ਤਾਂ ਕੀ ਦੱਸਣਾ ਭਾਈ ਉਹਨੂੰ ਤਾਂ, ਚੱਲ ਆਪਾਂ ਨਾ ਹੁਣ ਦੱਸਿਆ ਕਰੋ, ਫਿਰ ਗਾਹਾਂ ਮੁੰਡੇ ਕੋਲੇ ਦੱਸਦੀ ਆ ਹਰੇਕ ਗੱਲ। ਆਪਾਂ ਤਾਂ ਉਹੀ ਗੱਲ ਜੇ ਲੈਣ ਗਏ ਉਹਦੇ ਤਾਂ ਪੰਗੇ ਪਏ ਇੰਨੇ, ਤੇ ਹੁਣ ਆਪਾਂ ਕਿਹੜਾ ਦੁੱਧ ਉਹਦੇ ਲੈਣ ਜਾਣੀਆਂ। ਦੁੱਧ ਆਪਣੇ ਘਰੇ ਹੈਗਾ, ਆਈਸਕ੍ਰੀਮ ਤਾਂ ਵਧੀਆ ਬਣਾ ਕੇ ਦੇਊ ਤੈਨੂੰ, ਬਲਾਈ ਸਵਾਦ ਵਿੱਚ ਕਾਜੂ ਬਦਾਮ ਪਾ ਕੇ ਦੇਊਂਗੀ ਵਧੀਆ। ਚੰਗਾ ਤੈਂ ਤਾਂ ਕਿਤੇ ਖਾਧੀ ਨਹੀਂ ਹੋਣੀ ਐਡੀ ਹੋ ਗਈ। ਅੱਛਾ ਹੋਰ ਮੈਂ ਤਾਂ ਵਧੀਆ ਬਣਾ ਕੇ ਦੇਵੇਂਗੀ। ਬਾਲੀ ਵਧੀਆ ਬਣਾਉਂ ਬੇਬੇ, ਚੰਗਾ ਮੈਂ ਬਣਾਉਣੀ ਆ। ਚੰਗਾ ਚੰਗਾ ਮੈਂ ਕਿਉਂ ਦੱਸੂਗੀ, ਚਾਚੀ ਕੋਲੇ ਨਾਲੇ ਮੁੰਡੇ ਕੋਲੇ ਅਸੀਂ ਤਾਂ ਮੇਰੀ ਸਮਾਈ ਕਰਦੀ ਆ। ਇਹ ਤਾਂ ਕਹਿੰਦੀ ਮੈਂ ਤਾਂ ਤੈਨੂੰ ਵਧੀਆ ਆਈਸਕ੍ਰੀਮ ਜਮਾ ਕੇ ਦੇਊਂਗੀ, ਵਧੀਆ ਕਤੱਤਾ ਕਰਕੇ ਦੁੱਧ ਕੱਚੇ ਦੁੱਧ ਦੀ ਵਧੀਆ ਜਮਾ ਕੇ ਦੇਊਗੀ, ਵਿੱਚ ਕਹਿੰਦੀ ਮੈਂ ਤਾਂ ਕਾਜੂ ਬਦਾਮ ਵੀ ਪਾ ਦੂੰਗੀ। ਚੰਗਾ ਚੱਲ ਵਧੀਆ, ਮੈਂ ਤਾਂ ਸੌਕਾ ਵਧੀਆ ਸਮਾਈ ਕਰਦੀ ਆ ਮੇਰੀ ਤਾਂ, ਮੈਂ ਤਾਂ ਜਮਾ ਨੀ ਕਿਸੇ ਕੋਲੇ ਗੱਲ ਕਰਦੀ ਵੀ ਮੈਨੂੰ ਆਏ ਦਿੰਦੀ ਆ, ਠੰਡਾ ਤੱਤਾ ਦਿੰਦੀ ਹੈਗੀ। ਮੈਂ ਕਿਉਂ ਨਿੰਦਿਆ ਕਰੂੰ, ਚੰਗਾ ਮੈਨੂੰ ਸਾਂਭਦੀ ਆ ਵਧੀਆ। ਹੁਣ ਨੀ ਮੈਂ ਬੁੜੀ ਨੂੰ ਬਖਸ਼ਦੀ, ਹੁਣ ਤਾਂ ਮੈਨੂੰ ਇੱਕ ਦੋ ਦਿਨਾਂ ਚ ਹੀ ਲੋਟ ਕਰ ਦੂੰ। ਤੜਕਾ ਕਿਹੜਾ, ਮੈਂ ਤਾਂ ਹੁਣੀ ਜਮਾ ਦਾ ਨੀ ਆਥਣ ਆਈਸਕ੍ਰੀਮ, ਦੁੱਧ ਗਰਮ ਕਰਕੇ ਇੱਕ ਗਲਾਸ ਨਾ ਬਾਵਾ ਬਾਵਾ ਵਿੱਚ ਸਮਾਨ ਪਾ ਕੇ, ਮੈਨੂੰ ਤਾਂ ਐਂ ਲੱਗਦਾ ਮੜਾ ਵਿੱਚ ਮਿੱਠਾ ਸੋਡਾ ਪਾ ਦਿਆਂ, ਜਿਹੜੇ ਨਾ ਛੇਤੀ ਚਲਾਣੇ ਕਰੇ ਇਹ, ਐਂ ਨੀ ਲੋਟ ਆਉਂਦੀ ਇਹਨੂੰ ਤਾਂ। ਐਂ ਵੀ ਮੇਰਾ ਕਰਦੀ ਏ, ਮੈਂ ਤੇਰਾ ਕਿੱਥੇ ਕਰਦੀ ਆਂ ਬੇਬੇ, ਮੈਂ ਤਾਂ ਤੇਰਾ ਭੋਗ ਪਾਉਣ ਨੂੰ ਫਿਰਦੀ ਆਂ ਵੀ ਕਿਹੜੇ ਵੇਲੇ ਤੇਰਾ ਭੋਗ ਪੈ ਜੇ, ਤੇ ਮੈਨੂੰ ਮੇਰੇ ਘਰ ਦੇ ਉਹੀ ਗੱਲ ਕਰਨ ਵਾਲੇ ਪਾ ਜਾਣ ਤੇ ਇਹਨੂੰ ਪਾ ਜਾਣ ਕੜਾ, ਮੈਂ ਤਾਂ ਸਿਉਨੇ ਤੇ ਫਿਰਦੀ ਆਂ ਆਪਦੇ ਤੇ। ਚਾਚੀ ਕਿੰਨਾ ਮਰਜ਼ੀ ਜ਼ੋਰ ਲਾ ਲੇ ਹਟਾ ਕੇ ਵੀ ਮੈਂ ਆਪਦੀ ਭੈਣ ਨੂੰ ਬਚਾਊ, ਬਚਾ ਕੇ ਦੇਖ ਲਈ ਫਿਰ ਤੂੰ, ਤੂੰ ਬਚਾਉਣ ਤੇ ਰਹਿ ਤੇ ਮੈਂ ਬੁੜੀ ਨੂੰ ਮਾਰਨ ਤੇ ਆ, ਹੁਣ ਫਿਰ ਬਚਾ ਲਾ ਲੈ। ਲੈ ਰੱਬਾ ਹੁਣ ਮੈਂ ਕੀ ਕਰਾਂ, ਮੇਰੀ ਮਾਂ ਨੂੰ ਤਾਂ ਹੁਣ ਜਮਾਂ ਮਾਰ ਕੇ ਹਟੂਗੀ, ਮੇਰੀ ਮਾਂ ਵੀ ਭੋਲੀ ਹੈ, ਉਹ ਤਾਂ ਸਤਿਯੁਗ ਦੀ ਹੈ, ਰੱਬ ਦੀਆਂ ਦਿੱਤੀਆਂ ਖਾਣ ਵਾਲੀ ਹੈ, ਹੁਣ ਉਹਨੂੰ ਕਿੱਥੇ ਛੱਡਦੀ ਹੈ ਇਹ, ਉਹਨੂੰ ਮਗਰ ਲਾ ਰੱਖਿਆ ਆਪਦੇ। ਮੈਨੂੰ ਤਾਂ ਹੁਣ ਕੋਈ ਗੱਲ ਨਹੀਂ ਸੁੱਝਦੀ ਵੀ ਮੇਰੀ ਮਾਂ ਨੂੰ ਮੈਂ ਬਚਾਵਾਂ ਕਿਵੇਂ ਬਚਾਵਾਂ, ਕੌਣ ਮੇਰੀ ਮਦਦ ਕਰੇ, ਮੇਰੀ ਮਦਦ ਤਾਂ ਹੁਣ ਕੋਈ ਨਹੀਂ ਕਰਦਾ ਰੱਬਾ। ਹੁਣ ਦੱਸ ਮੈਂ ਕਿਵੇਂ ਕਰਾਂ, ਕੋਈ ਸਕੀਮ ਲਾਵਾਂ, ਨਹੀਂ ਤਾਂ ਸੱਪ ਵੀ ਮਰ ਜੇ ਤੇ ਲਾਠੀ ਵੀ ਰਹਿ ਜੇ ਤੇ ਕਲੇਸ਼ ਵੀ ਨਾ ਪਵੇ ਸਾਡੇ ਘਰੇ, ਹੁਣ ਮੈਂ ਕੀ ਸਕੀਮ ਲਾਵਾਂ। ਮੈਨੂੰ ਤਾਂ ਹੁਣ ਐਂ ਲੱਗਦਾ ਮੇਰੀ ਮਦਦ ਕੋਈ ਨਹੀਂ ਕਰਦਾ, ਹੁਣ ਤਾਂ ਰੱਬ ਵੀ ਮੇਰੀ ਮਦਦ ਨਹੀਂ ਕਰਦਾ, ਤੇ ਜੇ ਕਰ ਸਕਦੀ ਹੈ ਤਾਂ ਮੇਰੀ ਚਾਚੀ ਮੇਰੀ ਮਦਦ ਕਰ ਸਕਦੀ ਹੈ, ਚਲ ਉਹਦੇ ਕੋਲੇ ਜਾਣਾ, ਕੋਈ ਸਕੀਮ ਲਾਉਣਾ ਜੇ ਮੇਰੀ ਮਾਂ ਦੀ ਜਾਨ ਬਚ ਰਹੀ।
बखरी सो चैनल की टीम वालों सारे प्यार भरी सत श्री अकाल। जो हुणे हुणे तुसीं साडी वीडियो देखी है तुहानू किद्दां दी लगी कमेंट करके सानू जरूर दसना, इहदा अगला एपीसोड जरूर देखना। साडे चैनल नू सबसक्राइब करो, कमेंट करो, वीडियो नू वध तों वध शेयर करो। सारयां दा बहुत बहुत धन्नवाद। बखरी सो चैनल ते जिन्ना वीरां ते भैणां ने सानू सोहणे सोहणे कमेंट कीते आ, असीं नाम बोलण जा रहे हां। करमजीत कौर, अमर सिंह पटियाला, परमजीत कौर लौंगोवाल, परमजीत कौर संधु बॉम्बे, कमल बग्गा लुधियाना, राणा लहरी, गुरविंदर सिंह जलंधर, परमजीत कौर मोगा, पुष्पा राणी, सिमरजीत कौर, शहीद भगत सिंह नगर, गुरकीरत दुसांझ, चीकू दुसांझ, कुलदीप कौर बराड़, कोठे लाल सिंह वाले, वीरपाल कौर मानसा कैंचियां, रुपिंदर बुट्टर, कुलदीप, नवी कैनेडा, मास्टर जोगा सिंह, गुरपाल सिंह, दर्शन सिंह उप्पल, मनदीप फुल्लो मंडी, नरसी राम बठिंडा, मलकीत जैतू, तरनवीर सिंह, मिसरा सिंह, पंजाब, महकदीप सिद्धू, बॉबी राजा हांगकांग, रुपिंदर कौर। जिन्ना वीरां ते भैणां ने सानू सोहणे सोहणे कमेंट कीते आ, कमेंट करन लई बहुत बहुत धन्नवाद। जिन्ना वीरां ते भैणां दे नाम बोलण मैनूं रह गए, असीं दूसरी वीडियो दे विच जरूर बोलांगे। सानू कमेंट करन लई, सानू सुझाव देण लई, साडी सपोर्ट करन लई सारयां दा बहुत बहुत धन्नवाद।